ਜਦ ਭਾਜੀ ਇੱਕ ਕਮਰੇ ਦੇ ਵਿੱਚ ਬੰਦਾ ਕੱਲਾ ਵੱਖਰਾ ਸੁੱਤਾ, ਜਨਾਨੀ ਵੱਖਰੀ ਸੁੱਤੀ ਹੈ, ਰੀਜ਼ਨ ਕੀ ਹੈ? ਠੀਕ ਹੈ, ਮੈਂ ਇਹਨੂੰ ਜਦੋਂ ਕਹਾਂ ਕਿ ਮੇਰੀ ਵਾਈਫ ਹੈ, ਮੈਂ ਜਦੋਂ ਕਹਿੰਦਾ ਕਿ ਤੂੰ ਮੇਰੇ ਕੋਲ ਆ ਕੇ ਸੋ, ਤੇ ਅੱਗੋਂ ਮੈਨੂੰ ਪਤਾ ਕੀ ਜਵਾਬ ਮਿਲਦਾ ਸੁਣਨ ਲਈ? ਕਿ ਮੈਂ ਸਵੇਰੇ ਬਾਈਬਲ ਪੜ੍ਹਨੀ ਹੁੰਦੀ ਹੈ, ਤੇਰਾ ਦਿਲ ਕਰਦਾ ਜਦੋਂ ਮੈਨੂੰ ਆਵਾਜ਼ ਮਾਰ ਲੈਣਾ, ਮੈਂ ਕਿਹਾ ਬਾਈਬਲ ਨੂੰ ਬਾਈਬਲ ਦੀ ਜਗ੍ਹਾ ਰੱਖ, ਠੀਕ ਹੈ ਨਾ, ਪਰ ਜਿਹੜਾ ਪਤੀ ਦਾ ਅਧਿਕਾਰ ਹੈ ਉਹ ਪਤੀ ਨਾਲ ਚੱਲ। ਅਸੀਂ ਨਹੀਂ, ਮੈਂ ਕਿਹਾ ਮੇਰੀ ਗੱਲ ਸੁਣ, ਜੇ ਤੂੰ ਮੇਰੇ ਨਾਲ ਸਹੀ ਤਰ੍ਹਾਂ, ਮੈਂ ਤੈਨੂੰ ਵਿਆਹ ਕਰਾਂ, ਜੇ ਤੂੰ ਮੇਰੇ ਨਾਲ ਸਹੀ ਤਰ੍ਹਾਂ ਨਹੀਂ ਸਹਿਮਤੀ ਨਾਲ ਚੱਲੇਗੀ, ਫਿਰ ਮੈਂ ਬਾਹਰ ਪੈਸੇ ਦੇ ਕੇ ਕਰਾਂਗਾ ਗਲਤ ਕੰਮ, ਫਿਰ ਤੁਸੀਂ ਕਹਿਣਾ ਕਿ ਗਲਤ ਕੰਮ ਕਰਦਾ ਵਾ ਤੇਰੇ ਹੁੰਦਿਆਂ। ਮੈਂ ਕਿਹਾ ਮੈਨੂੰ ਕੀ ਲੋੜ ਬਾਹਰ ਮੂੰਹ ਮਾਰਨ ਦੀ, ਦੱਸ ਪਹਿਲਾਂ। ਹੈਂ, ਇਹ ਕਹਿੰਦੀ ਜਾ ਤੂੰ ਜਿੱਥੇ ਜਾਣਾ ਜਾ। ਮੈਂ ਕਿਹਾ ਬਾਹਰ 400-500 ਦੇ ਕੇ ਮੂੰਹ ਕਾਲਾ ਕਰਾਂਗਾ ਤੇ ਤੂੰ ਮੇਰੇ ਨਾਲ ਕਿਉਂ ਨਹੀਂ ਕਰ? ਨਹੀਂ, ਮੈਂ ਸਵੇਰੇ ਉੱਠ ਕੇ ਬਾਈਬਲ ਪੜ੍ਹਨੀ ਹੁੰਦੀ ਹੈ ਤੇ ਤੂੰ ਏਦਾਂ ਕਰਦੀ। ਮੈਂ ਕਿਹਾ ਬਾਈਬਲ ਪਵਿੱਤਰ ਚੀਜ਼ ਹੈ, ਉਹਨੂੰ ਉਹਦੀ ਜਗ੍ਹਾ ਦੇ, ਪਰ ਬੰਦੇ ਨੂੰ ਬੰਦੇ ਦੀ ਜਗ੍ਹਾ ਦੇ, ਠੀਕ ਹੈ ਨਾ। ਪੁੱਛੋ ਇਸ ਜਨਾਨੀ ਨੂੰ, ਇਸ ਜਨਾਨੀ ਦੇ ਮੂੰਹ ਦੇ ਵਰਡ ਹੈਗੇ ਕਿ ਨਹੀਂ? ਇਹਨੇ ਖੁਦ ਕਿਹਾ ਜਾ 200-300 ਰੁਪਏ ਦੇ ਕੇ ਜਿੱਥੇ ਮਰਜ਼ੀ ਗੂੰ ਖਾਣਾ ਖਾ ਲਾ, ਜੇ ਨਾ ਕਿਹਾ ਹੋਵੇ ਗਾਂ ਤਾਂ ਗੱਲ ਕਰੇ। ਭਾਜੀ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਗੱਲ ਕਹੀ ਹੈ, ਤੁਹਾਨੂੰ ਮੈਂ ਹੁਣ ਵੀ ਕਹਿੰਦਾ, ਜੇ ਮੈਨੂੰ ਘਰੇ ਪਿਆਰ ਮਿਲੇਗਾ ਮੈਂ ਕਦੀ ਬਾਹਰ ਮੂੰਹ ਨਹੀਂ ਮਾਰੂੰਗਾ, ਤੇ ਮੈਨੂੰ ਘਰੇ ਰੋਟੀ ਮਿਲੇਗੀ ਨਾ ਤੇ ਮੈਂ ਬਾਹਰ ਨਹੀਂ ਖਾਣ ਜਾਵਾਂਗਾ। ਇਸ ਜਨਾਨੀ ਮੇਰੀ ਲੜਾਈ ਝਗੜੇ ਦਾ ਕਾਰਨ ਇਹੀ ਆ, ਇਹੀ ਹੈ ਭਾਜੀ। ਮੈਂ ਇਸ ਇੱਕ ਕਮਰੇ ਦੇ ਵਿੱਚ ਆਪਾਂ ਅਲੱਗ ਸੋਨੇ ਆ, ਠੀਕ ਹੈ, ਕੀ ਹੈ ਰੀਜ਼ਨ ਮੇਰੇ ਵਿੱਚ? ਇਹਨੇ ਵਿੱਚ ਜਦੋਂ ਵੀ ਕੋਈ ਗੱਲ ਹੋਵੇ ਇਹ ਵਿੱਚ ਬਚਨ ਲੈਣ ਦੀ ਹੈ, ਧਰਮ ਲੈਣ ਦੀ ਹੈ। ਤੂੰ ਪੜ੍ਹਨਾ ਵਾ ਬਾਈਬਲ ਨੂੰ ਪੜ੍ਹਨਾ ਵਾ, ਟਾਈਮ ਰੱਖ ਲੈ ਇੱਕ, ਠੀਕ ਹੈ ਨਾ। ਉਹ ਮੇਰੀ ਸਾਈ ਐਵੇਂ ਥੋੜ੍ਹੀ ਮੈਨੂੰ ਫੋਨ 'ਤੇ ਕਹਿੰਦੀ, ਮੈਂ ਘਰੇ ਗਿਆ ਮੈਨੂੰ ਕਹਿੰਦੀ ਤੇਰੇ ਘਰ 'ਚ ਦਾਲ ਬਾਅਦ 'ਚ ਮੰਦੀ ਹੈ, ਪਤਾ ਮੈਨੂੰ ਪਹਿਲਾਂ ਲੱਗ ਜਾਂਦਾ। ਇਹ ਫਲਾਣੇ ਫੋਨਾਂ ਦੇ ਪੁਆੜੇ ਪਾਏ ਦੇ, ਤਾਂ ਤਾਂ ਮੈਂ ਫੋਨ ਨਹੀਂ ਦਿੰਦਾ। ਅਗਲੇ ਪਤਾ ਸਾਨੂੰ ਕੀ ਕਹਿੰਦੇ, ਜਿੱਦਣ ਬੱਚੇ ਲੈਣੇ ਸੀ ਬਾਬੇ ਦੀਆਂ ਚੌਂਕੀਆਂ ਭਰਦਾ ਸੀ, ਅੱਜ ਬੱਚੇ ਮਿਲ ਗਏ, ਅੱਜ ਜਾ ਚਰਚ 'ਚ ਵੜ ਗਏ ਹੋ। ਭਾਜੀ ਆਪਣੇ ਘਰ ਜੇ ਸੌਖੇ ਨਾ ਤਾਂ ਆਪਣੇ ਘਰ ਹੀ ਰੱਬ ਹੈ। ਇਹ ਰਿੰਕੂ ਭਾਈ ਦੇ ਵੀ ਗੱਲਾਂ ਹੋਈ ਦੀਆਂ, ਇਹ ਕੋਈ ਮੈਂ ਝੂਠ ਬੋਲਦਾ ਹਾਂ ਤਾਂ ਉੱਥੋਂ ਫੜਿਆ ਜਾਵਾਂਗਾ। ਰਿੰਕੂ ਭਾਈ ਦੇ ਵੀ ਗੱਲਾਂ ਹੋਈਆਂ, ਮੈਂ ਦੀਦੀ ਨੂੰ ਕਿਹਾ ਸੀ ਸੁਨੀਤਾ ਦੀਦੀ ਨੂੰ ਕਿ ਦੀਦੀ ਆਹ ਗੱਲ ਹੈ, ਦੀਦੀ ਕਹਿੰਦੀ ਹੈ ਕਿ ਪਤਾ ਨਾ ਕਿ ਤੂੰ ਬੇਟਾ ਬਾਈਬਲ ਪੜ੍ਹਨੀ ਆ, ਜਦੋਂ ਕੰਮ 'ਤੇ ਗਿਆ ਹੁੰਦਾ ਤੂੰ ਉਦੋਂ ਪੜ੍ਹ ਲੈ, ਠੀਕ ਹੈ ਨਾ। ਅਤੇ ਜੇ ਤੇਰਾ ਬੰਦਾ ਕਹਿੰਦਾ ਕਿ ਤੂੰ ਮੇਰੇ ਨਾਲ ਆ ਕੇ ਸੋ ਤਾਂ ਤੂੰ ਕਿਉਂ ਨਹੀਂ ਸੋਣਾ, ਠੀਕ ਹੈ ਨਾ, ਅਤੇ ਬਾਹਰ ਬਾਹਰ ਉਹ ਮੂੰਹ ਮਾਰੇਗਾ ਫਿਰ ਵਧੀਆ ਹੈ। ਕੀ ਹੁਣ ਮੇਨ ਮੰਗ ਗਈ ਭਾਈ ਲਾਸਟ ਤੁਹਾਡੀ? ਇਹ ਅੱਜ ਮੇਰੇ 'ਤੇ ਇਲਜ਼ਾਮ ਲਾਉਂਦੀ ਹੈ ਕਿ ਹਾਂ ਬਾਈ ਬਾਹਰ ਮੂੰਹ ਮਾਰਦਾ, ਇਹ ਕਰਦਾ, ਸਬੂਤ ਦੇਵੇ ਮੈਨੂੰ, ਦੋ ਮੈਨੂੰ ਸਬੂਤ। ਚਾਲੀ ਨਾ ਬਣਾਓ, ਤੇਰੀ ਭੈਣ ਕਹਿੰਦੀ ਹੈ ਕਿ ਮੈਂ ਤੇਰੀ ਡਿੰਪੀ ਕੁੜੀ ਨੂੰ ਮੈਂ ਚਰਚ ਵਾਲੀ ਬਣਾ ਕੇ ਛੱਡਾਂਗੀ। ਅੱਛਾ ਜੀ, ਮੇਰੀ ਸਾਲੀ ਕਹਿੰਦੀ ਹੈ ਤੇ ਤੁਹਾਡੀ ਜਿਹੜੀ ਸਾਲੀ ਦੀ ਇਨਵੋਲਵਮੈਂਟ ਆ ਜ਼ਿਆਦਾ। ਭਾਜੀ ਸਾਲੀ ਮੇਰੀ ਇੰਨਾ ਪੈਂਟਰ ਫੇਅਰ ਕਰਦੀ ਹੈ, ਉਸ ਤੋਂ ਬਾਅਦ ਮੈਂ ਆਪਣੇ ਬੱਚਿਆਂ ਨੂੰ ਸਹੁਰਿਆਂ ਦੇ ਘਰ ਮਿਲਣ ਗਿਆ, ਜਦੋਂ ਮੈਂ ਸਹੁਰੇ ਘਰ ਮਿਲਣ ਗਿਆ ਮੈਂ ਮੰਜੇ ਤੇ ਬੈਠਾ ਜਾ ਕੇ ਉਹਨਾਂ ਨੇ ਮੇਰਾ ਮੰਜਾ ਚੱਕ ਕੇ ਥੱਲੇ ਮਾਰਿਆ, ਮੈਂ ਥੱਲੇ ਡਿੱਗ ਗਿਆ। ਅੱਛਾ ਜੀ, ਠੀਕ ਹੈ। ਮੈਂ ਕਿਹਾ ਕੋਈ ਜਵਾਈ ਨਾ ਇੱਦਾਂ ਕਰਦਾ, ਮੈਂ ਕਿਹਾ ਮੈਂ ਲਿਪ ਕੇ ਆਇਆ ਮਾਤਾ, ਮੈਂ ਤੇਰੇ ਪੈਰੀ ਹੱਥ ਲਾਇਆ, ਮੈਂ ਮੇਰੀ ਗਲਤੀ ਜੇ ਵੀ ਹੈ ਮੈਨੂੰ ਮਾਫ ਕਰ, ਮੈਂ ਆਪਣਾ ਘਰ ਵਸਾਉਣਾ। ਇਹਨਾਂ ਨੇ ਮੰਜਾ ਥੱਲੇ ਸੱਟਿਆ, ਮੈਨੂੰ ਕਹਿੰਦੇ ਚੱਲ ਕੁੱਤਿਆ ਬਾਹਰ, ਠੀਕ ਹੈ। ਮੈਂ ਕਿਹਾ ਮੈਂ ਆਪਣੇ ਬੱਚਿਆਂ ਕੋਲ ਅੱਜ ਰਹਿਣਾ, ਮੈਂ ਥਾਣੇ ਲਿਖਵਾ ਕੇ ਆਇਆ ਜੀ, ਮੈਨੂੰ ਥਾਣੇ ਵਾਲੇ ਕਹਿੰਦੇ ਤੁਹਾਡੇ ਕੋਲ ਤੁਹਾਡੀ ਲੜਕੀ। ਫਿਰ ਭਾਜੀ ਮੇਰੀ ਗੱਲ ਸੁਣੋ, ਫਿਰ ਮੈਂ ਉੱਥੇ ਬੈਠਾ, ਮੈਂ ਬੱਚਿਆਂ ਨੂੰ ਕਿਹਾ ਰੋਟੀ ਖਾਣੀ, ਆਪਾਂ ਬੱਚਿਆਂ ਨਾਲ ਰੋਟੀ ਖਾ ਲਗੇ। ਜਦੋਂ ਆਪਾਂ ਬੱਚਿਆਂ ਨੂੰ ਰੋਟੀ ਖਾ ਲਗੇ, ਇਹਨੇ ਮੰਜਾ ਫੇਰ ਚੱਕ ਕੇ ਪਰੇ ਸੱਟਿਆ, ਪੱਖਾ ਚੱਕ ਕੇ ਪਰੇ ਪਰੇ ਰੱਖ ਦਿੱਤਾ ਪੱਖਾ, ਠੀਕ ਹੈ। ਮੈਨੂੰ ਕਹਿੰਦੀ ਬਾਹਰ ਚੱਲ, ਸਾਰੇ ਮੁਹੱਲੇ ਨੂੰ ਪਤਾ ਭਾਜੀ, ਇਹਨਾਂ ਨੇ ਮੈਨੂੰ ਬਾਹਰ ਕੱਢ ਦਿੱਤਾ, ਠੀਕ ਹੈ। ਮੇਰੇ ਰਾਤੀ 12:30 ਮੈਂ ਘਰ ਆਇਆ, ਉਸ ਦਿਨ ਤੋਂ ਲੈ ਕੇ ਅੱਜ ਤੱਕ ਮੈਂ ਸਹੁਰਿਆਂ ਦੇ ਘਰ ਨਹੀਂ ਗਿਆ, ਠੀਕ ਹੈ, ਠੀਕ ਹੈ ਨਾ। ਅੱਜ ਤੱਕ ਨਹੀਂ ਮੈਂ ਸਹੁਰਿਆਂ ਘਰ ਗਿਆ, ਜੇ ਮੈਂ ਗਲੀ ਦੇ ਵਿੱਚ ਜਾਣਾ ਤੇ ਮੈਨੂੰ ਦੱਸੋ ਕਿਹੜੇ ਚਰਚ ਵਾਲੇ ਨੇ, ਨਾਮ ਕੀ ਜਿਹੜਾ ਜਵਾਈਆਂ ਨੂੰ ਕਹਿੰਦੇ ਨੇ ਸੋਹਰੇ ਦਾ ਨਾਮ ਕੀ? ਮਾੜਾ ਚੰਗਾ ਸੋਮਲਾਜ ਜੀ, ਉਹ ਕਿੱਥੇ ਰਹਿਣ ਵਾਲੇ? ਉਹਨਾਂ ਦੀ ਡੈਥ ਹੋ ਗਈ ਦੀ ਹੈ, ਨਹੀਂ ਉਹ ਉਹਦਾ ਜਿਹੜਾ ਦੋਰਾ ਪਵਾਰ ਹੈ ਕਿੱਥੇ ਰਹਿਣ ਵਾਲੇ? ਰਿੰਕੂ ਐਮਪੀ ਸਾਹਿਬ ਹੈ ਨਾ, ਉਹਨਾਂ ਦੀ ਬੈਕ ਸਾਈਡ। ਭਾਜੀ ਦੱਸੋ ਜੇ ਜਦੋਂ ਧਾਗੇ ਬੰਨੇ ਸੀ ਪੋਣਾ ਹਾਰੀ ਦੇ, ਉਦੋਂ ਜਾ ਕੇ ਤੂੰ ਧਾਗੇ ਬੰਨ ਆਈ ਹੈ, ਅੱਜ ਖੋਲਣ ਦੀ ਵਾਰੀ ਆਈ ਹੈ ਗੁੰਨਾਧਾਰੀ ਧਾਗੇ। ਅੱਜ ਤੂੰ ਮੇਰੇ ਨਾਲ ਨਹੀਂ ਜਾਂਦੀ, ਮੈਂ ਇਕੱਲਾ ਚੱਲ ਜਾਵਾਂਗਾ, ਜੇ ਕੱਲ ਨੂੰ ਮੈਨੂੰ ਕੁਛ ਹੋ ਗਿਆ ਮੇਰੇ ਮਾਂ ਪਿਓ ਨੂੰ ਕੌਣ ਸਾਂਭੇਗਾ? ਉਹ ਕਹਿੰਦੀ ਮੈਂ ਅੰਦਰ ਨਹੀਂ ਜਾਣਾ, ਕਹਿੰਦੀ ਮੈਂ ਅੰਦਰ ਧਾਗੇ ਖੋਲਣ ਨਹੀਂ ਜਾਣਾ। ਇਹ ਬਾਬੇ ਪੌਣਾ ਹਾਰੀ ਦੇ ਦਰਬਾਰ ਤੇ ਧਾਗਾ ਬੰਨੇ ਦਾ ਗੁੰਨਾਧਾਰੀ, ਇਹਨੂੰ ਧਾਗਾ ਨਹੀਂ ਖੋਲਣ ਗਈ ਮੇਰੇ ਨਾਲ, ਠੀਕ ਹੈ। ਜੇ 11ਵੀਂ ਦੇਣੀ ਸੀ ਅੱਗੇ, ਜੇ ਪਹਿਲਾਂ 11ਵੀਂ ਦਿੰਦੀ ਸੀ ਮਾਂ ਦੇ ਘਰੇ ਜਾ ਕੇ, ਠੀਕ ਹੈ, ਹੁਣ 11ਵੀਂ ਦੇਣੀ ਵੀ ਭੁੱਲ ਗਈ।
ਕਿੱਥੇ ਕਿੱਥੇ ਭਾਜੀ ਕਿੱਥੇ ਕਿੱਥੇ ਇਸ ਜਨਾਨੀ ਨੇ ਭਾਜੀ ਤੁਹਾਡਾ ਰਿਸ਼ਤਾ ਖਰਾਬ ਕਰਨ ਦੇ ਵਿੱਚ ਮਤਲਬ ਸਹੁਰਾ ਪਰਿਵਾਰ ਦੀ ਇਨਵੋਲਵਮੈਂਟ ਆ ਤੁਹਾਨੂੰ ਇਹ ਲੱਗਦਾ ਭਾਜੀ ਮੇਰਾ ਸਹੁਰਾ ਪਰਿਵਾਰ ਸਾਰਾ ਜਾਂਦਾ ਹੀ ਚਰਚ ਹੈ ਜੀ ਮੇਰੇ ਸਹੁਰੇ ਪਰਿਵਾਰ ਸਾਰੇ ਜਾਂਦਾ ਹੀ ਚਰਚ ਹੈ ਭਾਜੀ ਜਿਸ ਬੰਦੇ ਨੂੰ ਆਪਣੇ ਸਹੁਰੇ ਪਰਿਵਾਰ ਦੇ ਜਿਆਦਾ ਸੁਣਦੀ ਹੈ ਤੁਹਾਡੇ ਸਹੁਰੇ ਪਰਿਵਾਰ ਦਾ ਸੁਣਦੀ ਭਾਜੀ ਉਹੀ ਹੈ ਉਹ ਜੋ ਉਹ ਕਹਿ ਦੇਣਗੇ ਉਹੀ ਹੋਣਾ ਉਹ ਮੇਰੀ ਸਾਰੀ ਐਵੇਂ ਥੋੜੀ ਮੈਨੂੰ ਫੋਨ ਤੇ ਕਹਿੰਦੀ ਮੈਂ ਘਰੇ ਗਿਆ ਮੈਨੂੰ ਕਹਿੰਦੀ ਤੇਰੇ ਘਰ ਚ ਦਾਲ ਬਾਅਦ ਚ ਮੰਦੀ ਹੈ ਪਤਾ ਮੈਨੂੰ ਪਹਿਲਾਂ ਲੱਗ ਜਾਂਦਾ ਇਹ ਫਾਲੇ ਫੋਨਾਂ ਦੇ ਪੁਆੜੇ ਪਾਏ ਦੇ ਤਾਂ ਤੇ ਮੈਂ ਫੋਨ ਨਹੀਂ ਦਿੰਦਾ ਇਹਨੇ ਰੋਜ਼ ਹੀ ਬਿਨ ਨਗਰ ਮਾਂ ਦੇ ਘਰ ਜਾਣਾ ਪਰਿਵਾਰ ਜਿਹੜਾ ਜੁੜ ਸਕਦਾ ਜੀ ਦੁਬਾਰਾ ਫਿਰ ਵੀ ਪਰਿਵਾਰ ਜੁੜਨਾ ਚਾਹੀਦਾ ਸੀ ਕਿੰਨੇ ਕੀ ਪਰਿਵਾਰ ਜੁੜੇ ਕਹਿਣ ਦਾ ਮਤਲਬ ਚੌਂਕੀ ਭਰਦੇ ਆ ਅੱਜ ਬੱਚੇ ਲੈ ਕੇ ਜਾਂਦੇ ਆ ਆਪਾਂ ਠੀਕ ਹੈ ਅਗਲੇ ਪਤਾ ਸਾਨੂੰ ਕੀ ਕਹਿੰਦੇ ਜਿੱਦਣ ਬੱਚੇ ਲੈਣੇ ਬਾਬੇ ਦੀਆਂ ਚੌਂਕੀਆਂ ਭਰਦਾ ਸੀ ਅੱਜ ਬੱਚੇ ਮਿਲ ਗਏ ਅੱਜ ਜਾਪ ਚਰਚ ਚ ਵੜ ਗਏ ਭਾਜੀ ਆਪਣੇ ਘਰ ਜੇ ਸੌਖੇ ਨਾ ਤੇ ਆਪਣੇ ਘਰ ਹੀ ਰੱਬ ਹੈ ਆਪਾਂ ਚਰਚ ਤੋਂ ਕੀ ਲੈਣਾ ਸਾਡੀ ਕਿਹੜੀ ਕਿਸੇ ਪਾਸਟਰ ਨਾਲ ਜਾਂ ਕਿਸੇ ਹੋਰ ਕਿਸੇ ਨਾਲ ਸਾਡੀ ਲੜਾਈ ਹੈ ਜਾਂ ਬਿਆਰ ਹੈ ਸਾਡਾ ਆਪਾਂ ਤਾਂ ਉਹ ਪਾਸਟਰ ਦੇ ਅੱਗੇ ਹੱਥ ਜੋੜਦੇ ਹਾਂ ਕਿ ਪਾਸਟਰ ਸਾਹਿਬ ਇਹਦੇ ਇਹਦੇ 'ਚ ਵੀ ਮੱਤ ਪਾ ਦਿਓ ਵੀ ਘਰ ਸਾਂਭਲੇ ਠੀਕ ਹੈ ਨਾ ਜਿੱਦਣ ਮੇਰਾ ਮੁੰਡਾ ਬਿਮਾਰ ਹੋਇਆ ਸੀ ਨਾ ਉਹ ਕਹਿੰਦਾ ਮੈਂ ਹਰ ਇੱਕ ਦੀ ਮਦਦ ਕਰਦਾ ਮੈਂ ਆਪਣੇ ਮੁੰਡੇ ਨੂੰ ਮੋਟਰਸਾਈਕਲ ਤੇ ਬਿਠਾ ਕੇ ਲੈ ਗਿਆ ਮੈਨੂੰ ਕਹਿੰਦੀ ਮੈਂ ਪ੍ਰਾਰਥਨਾ ਕਰਨੀ ਆ ਮੇਰਾ ਮੁੰਡਾ ਚੰਗਾ ਹੋ ਜਾਏਗਾ ਮੈਂ ਕਿਹਾ ਬੁਲਾ ਪਾਸਟਰ ਨੂੰ ਕਰੋ ਪ੍ਰਾਰਥਨਾ ਪਾਸਟਰ ਜੀ ਬਾਹਰ ਨਹੀਂ ਆਏ ਮੇਰਾ ਮੁੰਡਾ ਬਾਹਰ ਖੜਾ ਰਿਹਾ ਰੋਂਦਾ ਰਿਹਾ ਮੁੰਡੇ ਦੇ ਮੂੰਹ 'ਚ ਖੂਨ ਵਗਦਾ ਰਿਹਾ ਠੀਕ ਹੈ ਡਾਕਟਰਾਂ ਨੇ ਜਵਾਬ ਦੇ ਦਿੱਤਾ ਫਿਰ ਮੈਂ ਕਿਹਾ ਚੁੱਪ ਕਰਕੇ ਬੈਠੀ ਰਹੀ ਹੁਣ ਦੇਖੀ ਮੈਂ ਮੋਟਰ ਕੀਤਾ ਅੰਕਲ ਜੀ ਏਦਾਂ ਏਦਾਂ ਗੱਲ ਹੈ ਆਹ ਬਾਤ ਹੈ ਦੱਸੋ ਮੇਰਾ ਮੁੰਡਾ ਠੀਕ ਨਹੀਂ ਹੈਗਾ ਮੇਰੇ ਕੋਲ ਪੈਸੇ ਨਹੀਂ ਮੈਂ ਆਟੋ ਚਲਾਉਣਾ ਮੈਂ ਮੁੰਡੇ ਨੂੰ ਦਾਖਲ ਕਰਾਉਣਾ ਮੈਂ ਕਿੱਦਾਂ ਕਰਾਂ ਕਿਉਂਕਿ ਖਾਂਬਰੇ ਚਰਚ ਵਾਲੇ ਕਹਿੰਦੇ ਮੈਂ ਸੇਵਾ ਹੈਲਪ ਕਰਾਂਗਾ ਅਤੇ ਮੈਂ ਕਿਹਾ ਉਹਨਾਂ ਨੇ ਬਾਹਰ ਨਹੀਂ ਆਏ ਉਹ ਦਰਵਾਜ਼ਾ ਨਹੀਂ ਖੋਲਿਆ ਉਹਦੇ ਸਕਿਉਰਟੀ ਗਾਰਡ ਨੇ ਕਹਿਤਾ ਤੂੰ ਚੱਲ ਜਾ ਬਾਹਰ ਉੱਥੇ ਚਰਚ ਮੈਂ ਕਿਹਾ ਹੁਣ ਦੱਸੋ ਭਾਜੀ ਮੈਂ ਕੀ ਕਰਾਂ ਉਹਨਾਂ ਨੇ ਰਾਮਮੂਰਤੀ ਅੰਕਲ ਨੇ ਕਿਹਾ ਕਿ ਬੇਟਾ ਤੂੰ ਬੇਰੀ ਹੋਸਪਿਟਲ ਜਾ ਕੇ ਆਪਣਾ ਮੁੰਡਾ ਦਾਖਲ ਕਰਾ ਜਿੰਨੇ ਪੈਸੇ ਲੱਗਣਗੇ ਮੈਂ ਦੇਵਾਂਗਾ ਮੈਂ ਕਹਿੰਦਾ ਪਰਮਾਤਮਾ ਸਾਡੀ ਉਮਰ ਵੀ ਉਸ ਮਹਾਨ ਬੰਦੇ ਨੂੰ ਲਾ ਦੀ ਜਿੰਨੇ ਮੇਰਾ ਪੁੱਤ ਬਚਾਇਆ 29,972 ਰੁਪਈਏ ਲੱਗੇ ਨੇ ਜਿਹੜੇ ਉਸ ਬੰਦੇ ਨੇ ਪੇ ਕੀਤੇ ਆ ਠੀਕ ਹੈ ਜਿੰਦਾ ਰਹੇ ਮੈਂ ਕਹਿੰਦਾ ਰਾਮਮੂਰਤੀ ਅੰਕਲ ਜਿੰਨੇ ਇੰਨਾ ਕੁਛ ਕੀਤਾ ਮੰਦਰ ਦੇ ਜਿਹੜੇ ਮੰਦਰ ਦੇ ਹਾਂਜੀ ਬਾਬਾ ਬਾਲਕ ਨਾਥ ਮੰਦਰ ਦੇ ਪ੍ਰਧਾਨ ਠੀਕ ਹੈ ਜਿਨ੍ਹਾਂ ਨੇ ਮੇਰੇ ਬੱਚੇ ਨੂੰ ਬਚਾਇਆ ਭਾਜੀ ਉਸ ਟਾਈਮ ਦੇ 3 ਡਾਕਟਰਾਂ ਨੇ ਜਵਾਬ ਦਿੱਤਾ ਸੀ ਮੇਰੇ ਬੱਚੇ ਨੂੰ ਉਹਨਾਂ ਨੇ ਪੈਸੇ ਪੱਲਿਓ ਲਾ ਕੇ ਮੇਰੀ ਹੈਲਪ ਕੀਤੀ ਮੇਰੇ ਬੱਚੇ ਨੂੰ ਬਚਾਇਆ ਅੱਜ ਮੈਂ ਕਹਾਂ ਮੈਂ ਤੇਰੇ ਮੰਦਰ ਦਾ ਪ੍ਰਸ਼ਾਦ ਨਹੀਂ ਖਾਣਾ ਅੱਜ ਕਹਾਂ ਮੈਂ ਤੇਰੇ ਮੰਦਰ 'ਚ ਨਹੀਂ ਜਾਣਾ ਅੱਜ ਮੈਂ ਕਹਾਂ ਤੇਰੇ ਮੰਦਰ ਨਹੀਂ ਮੱਥਾ ਟੇਕਣਾ ਅੱਜ ਮੈਂ ਬਦਲ ਜਾਵਾਂ ਮੈਂ ਕਿੱਦਾਂ ਬਦਲ ਜਾਵਾਂ ਮੇਰੇ ਪੁੱਤ ਨੂੰ ਉਹਨੇ ਬਚਾਇਆ ਮੇਰੀ ਧੀ ਨੂੰ ਉਹਨੇ ਬਚਾਇਆ
ਠੀਕ ਹੈ। ਅੱਜ ਮੈਂ ਚਰਚ ਦੇ ਵੜ ਕੇ ਕਹਿੰਦਾ ਕਿ ਮੈਂ ਸਵਰਗ ਜਾਣਾ ਤੇ ਮੈਂ ਬਾਕੀ ਛੱਡਦਾ ਹੈ, ਮੈਨੂੰ ਮੈਨੂੰ ਉੱਥੇ ਬਾਬਾ ਜਿੱਥੇ ਸਾਡਾ ਬਾਬਾ ਰਹਿੰਦਾ ਉੱਥੇ ਆਪਾਂ ਸਵਰਗ ਨਹੀਂ ਜਾ ਸਕਦੇ, ਜੇ ਤੂੰ ਮਾਰੀ ਚਾਹੇ ਜਿੰਦਾ ਰੱਖੀ ਬਾਬਾ ਤੇਰੇ ਨਾਲ ਹੀ ਸਭ ਕੁਛ, ਸਾਨੂੰ ਮਰੀਏ ਚਾਹੇ ਜਿੰਦੇ ਰਹੀ ਆਪਾਂ ਬਾਬੇ ਨਾਲ ਹੀ ਰਹਿਣਾ ਬਸ, ਠੀਕ ਹੈ ਨਾ। ਠੀਕ ਹੈ, ਸਾਡਾ ਕੰਮ ਹੈ, ਕਾਰੋਬਾਰ ਹੈ ਸਾਡਾ, ਜੇ ਸਾਨੂੰ ਸਵਾਰੀ ਮਿਲਦੀ ਹੈ ਚਰਚ ਜਾਣ ਦੀ ਆਪਾਂ ਬੂਹੇ ਦੇ ਕੋਲ ਲਾਹਨੇ ਆ, ਬੂਹੇ ਦੇ ਕੋਲ ਚੱਕ ਕੇ ਲੈਣੇ ਆ, ਆਪਾਂ ਨਾ ਪਾਸਟਰ ਨੂੰ ਮਾੜਾ ਕਹਿੰਦੇ ਨਾ ਉਹਦੇ ਸੇਵਾਦਾਰ ਨੂੰ ਕਿਸੇ ਨੂੰ ਮਾੜਾ ਕਹਿੰਦੇ ਆ, ਜਿਹੜਾ ਸਾਡਾ ਕੰਮ ਹੈ ਸਾਡਾ ਬਿਜ਼ਨਸ ਹੈ ਭਾਈ ਉਹਦੇ ਲਈ ਤੇ ਆਪਾਂ ਜਾ ਸਕਦੇ ਹਾਂ, ਉਹ ਤੇ ਤੁਹਾਡਾ ਵਪਾਰ ਹੈ, ਠੀਕ ਹੈ ਨਾ, ਉਹ ਸਾਡੀ ਰੋਜੀ ਰੋਟੀ ਹੈ, ਹਾਂਜੀ, ਉਹਦੇ ਲਈ ਆਪਾਂ ਜਾਣਾ ਹੈ, ਠੀਕ ਹੈ ਨਾ। ਮੈਂ ਤੁਸੀਂ ਚੰਦ ਤੁਹਾਡਾ ਪਰਿਵਾਰ ਸਹੀ ਤਰੀਕੇ ਨਾਲ ਸਾਰਾ ਸਿਸਟਮ ਚੱਲੇ, ਤੁਹਾਡੀ ਵੋਟ ਤੁਹਾਡਾ ਸਾਥ ਦੇਵੇ ਪੂਰਾ ਭਾਈ। ਭਾਜੀ ਆਪਾਂ ਨਾ ਆਪਾਂ ਇੱਕ ਹੀ ਗੱਲ ਕਹਿੰਦੇ ਹਾਂ, ਹੱਥ ਜੋੜ ਕੇ ਕਹਿੰਦੇ ਹਾਂ ਕਿ ਲਾਸਟ ਗੱਲ ਹੱਥ ਜੋੜ ਕੇ ਕਹਿੰਦੇ ਹਾਂ ਕਿ ਦੇਖੋ ਜੀ ਆਪਾਂ ਹਿੰਦੂ ਧਰਮ 'ਚ ਵਿਆਹ ਕੀਤਾ, ਸਾਡੀਆਂ ਵੀ ਕੋਈ ਰੀਤੀਆਂ, ਆਪਾਂ ਜੇ ਆਪਣੀ ਵਾਈਫ ਨੇ ਨੂੰ ਲੈ ਕੇ ਜਾਣਾ ਤੇ ਉਹ ਸਾਡੇ ਨਾਲ ਉੱਥੇ ਮੱਥਾ ਵੀ ਟੇਕੇਗੀ, ਸਾਡੇ ਨਾਲ ਲੰਗਰ ਵੀ ਖਾਏਗੀ ਤੇ ਸਾਡੇ ਗੁਰੂ ਮਹਾਰਾਜ ਨੂੰ ਵੀ ਮਨਾਏਗੀ। ਠੀਕ ਹੈ, ਤੂੰ ਚਰਚ ਜਾਂਦੀ ਹੈ ਤੂੰ ਜਾ, ਤੈਨੂੰ ਮਨਾ ਨਹੀਂ ਕਰਾਂਗੇ, ਛੱਡ ਵੀ ਆਵਾਂਗਾ, ਤੈਨੂੰ ਲੈ ਵੀ ਆਊਂਗਾ, ਜਾ ਤੈਨੂੰ ਕਿਰਾਇਆ ਦਊਂਗਾ, ਉਹ ਜੋ ਮੇਰਾ ਜ਼ਿੰਮੇਵਾਰੀ ਹੈ, ਠੀਕ ਹੈ। ਪਰ ਮੈਂ ਆਪਣੇ ਰੀਤੀ ਰਿਵਾਜ ਨਹੀਂ ਛੱਡਣੇ, ਉਹ ਸਾਡੇ ਜਠੇਰੇ ਨੇ ਸਾਡੇ ਪਿਓ ਦਾਦਿਆਂ ਨੇ ਦੱਸੇ, ਆਪਾਂ ਉਹ ਨਹੀਂ ਛੱਡ ਸਕਦੇ, ਠੀਕ ਹੈ ਨਾ, ਆਪਾਂ ਉਹ ਨਹੀਂ ਛੱਡ ਸਕਦੇ। ਤੂੰ ਜਾਣੀ ਹੈ, ਤੈਨੂੰ ਰੋਕ ਟੋਕ ਨਹੀਂ ਕੋਈ। ਕੀ ਹੁਣ ਮੇਨ ਮੰਗ ਕੀ ਭਾਜੀ? ਹੁਣ ਮੰਗ ਇਹ ਆ ਕਿ ਉਹ ਮੈਨੂੰ ਕਹਿੰਦੀ ਮੈਨੂੰ ਤਲਾਕ ਦੇ ਦੇ, ਮੈਂ ਕੰਮ ਲੱਗਣਾ ਵਾਂ ਬਾਹਰ, ਠੀਕ ਹੈ ਨਾ, ਮੈਂ ਬਾਹਰ ਕੰਮ ਲੱਗਣਾ ਵਾਂ ਤੇ ਮੈਂ ਆਪਣੇ ਬੱਚੇ ਰੱਖਣੇ, ਮੈਨੂੰ ਕਹਿੰਦੀ ਹੈ ਕਚਹਿਰੀ ਚੱਲ, ਮੈਂ ਉੱਥੇ ਤਲਾਕ ਦੇਣੀ ਆ, ਬੁਲਾ ਲਓ ਦੱਸ ਦਿਓ ਆਪਣਾ ਦੱਸਣਾ ਦੱਸ ਦੇਣ ਉਹ ਵੀ, ਠੀਕ ਹੈ ਨਾ, ਕਚਹਿਰੀ ਚੱਲ ਮੈਂ ਤਲਾਕ ਦੇਣੀ ਆ, ਮੈਂ ਮੇਰੇ ਬੱਚੇ ਆ, ਠੀਕ ਹੈ, ਮੈਂ ਬੱਚੇ ਨਹੀਂ ਛੱਡਣੇ, ਠੀਕ ਹੈ ਨਾ, ਮੈਂ ਬੱਚੇ ਨਹੀਂ ਛੱਡਣੇ, ਮੈਂ ਆਪਣੇ ਬੱਚੇ ਨਹੀਂ ਛੱਡਣੇ, ਕਿਸੇ ਕੀਮਤ ਤੇ ਨਹੀਂ ਦੇਣੇ ਬੱਚੇ, ਆਪਣੇ ਬੱਚੇ ਅਲੱਗ ਨਹੀਂ ਹੋਣ ਦੇਣੇ, ਜੇ ਮੇਰੀ ਵਾਈਫ ਮੇਰੇ ਨਾਲ ਸਹਿਮਤੀ ਨਾ ਰਵੇ ਮੈਨੂੰ ਕੀ ਲੋੜ ਹੈ ਜਨਾਬ ਕਿ ਮੈਂ ਬਾਹਰ ਧੱਕੇ ਖਾਵਾਂ, ਮੈਂ ਸ਼ਾਮ ਨੂੰ ਆ ਕੇ ਦੁਖੀ ਹੋ ਕੇ ਕੱਲਾ ਲੰਮੇ ਪਿਆ ਰਹਿਣਾ। ਆਈ ਗਏ ਹੋ ਭਾਈ, ਕਰੋ ਗੱਲ ਮੇਰੇ ਨਾਲ ਜਾਣ ਲਈ ਸਹਿਮਤ ਹੈ? ਨਹੀਂ ਉਹ ਜਿੱਦਾਂ ਮੈਂ ਕੋਈ ਗੱਲ ਨਹੀਂ ਕਰਨਾ ਚਾਹੁੰਦੀ, ਕੀ ਕਰਾਂ ਮੈਂ, ਕੋਈ ਗੱਲ ਨਹੀਂ, ਜਿੱਦਾਂ ਤੁਹਾਡੇ ਤੇ ਸਿਰਫ ਇੱਕ ਗੱਲ ਕਰਨ ਆਈ ਸੀਗੀ। ਜੀ ਜੀ ਜੀ, ਮੈਂ ਨਾ ਸਾਲ ਹੋ ਗਿਆ ਕਿ ਮਤਲਬ ਕਿ ਆਪਣੇ ਮਦਦ ਤੇ ਕਰ, ਠੀਕ ਹੈ ਨਾ, ਮੈਂ ਕਹਿ ਰਹੀ ਸੀ ਕਿ ਮੈਂ ਨਾ ਜੋਬ ਕਰਨੀ ਹੈ ਤੇ ਜੇ ਤੁਸੀਂ ਮੈਨੂੰ ਮਤਲਬ ਕਿ ਉੱਥੇ ਰੁਕਣਾ ਟੁਕਣਾ ਨਹੀਂ ਹੈ, ਤੁਸੀਂ ਤਾਂ ਲੜਾਈ ਝਗੜਾ ਕਰਨ ਨਹੀਂ ਸਾਰਾ, ਕਿਉਂਕਿ ਉਹ ਪਹਿਲਾਂ ਵੀ ਮੈਂ ਜਿੱਥੇ ਜੋਬ ਕਰਦੀ ਸੀ ਨਾ ਮਦਰ ਦੇ ਘਰ, ਇਹਨਾਂ ਤੋਂ ਕੋਈ ਖਰਚਾ ਨਹੀਂ ਸੀ ਲੈਂਦੀ, ਆ ਉੱਥੇ ਜਾ ਕੇ ਇਹਨਾਂ ਨੂੰ ਕਹਿ ਕੇ ਆਏ ਸੀਗੇ ਕਿ ਜੋਬ ਨਹੀਂ ਕਰੇਗੀ, ਛੱਡ ਆਤੀ ਮੇਰੀ ਜੋਬ। ਹੁਣ ਮੈਂ ਇਸ ਕਰਕੇ ਆਈ ਸੀਗੀ ਉਹ, ਕਿਉਂਕਿ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਤੁਸੀਂ ਇਹਨਾਂ ਨਾਲ ਗੱਲ ਕਰਕੇ ਆਓ, ਤੁਹਾਨੂੰ ਬਾਅਦ 'ਚ ਛੁੱਟੀ ਨਹੀਂ ਮਿਲਣੀ ਹੈਗੀ, ਠੀਕ ਹੈ, ਇਸ ਕਰਕੇ ਮੈਂ ਆਈ ਸੀਗੀ ਕਿ ਮੈਂ ਜੋਬ 'ਤੇ ਲੱਗਣਾ ਹੈ, ਕਿ ਤੁਸੀਂ ਮਤਲਬ ਕਿ ਉੱਥੇ ਜਾ ਕੇ ਕੋਈ ਨਾ ਕੋਈ ਰੋਣਾ ਰੁੱਪਾ ਨਹੀਂ ਪਾਉਣਾ, ਇਹ ਕਹਿੰਦੇ ਸੀਗੇ ਕਿ ਮੈਂ ਜਾਣਾ, ਮੈਂ ਰੋਲਾ ਪਾਉਣਾ ਆ, ਮੈਂ ਜਾਣਾ ਆ, ਕਿਉਂਕਿ ਮੈਂ ਮੰਮੀ ਦੇ ਘਰ ਆ ਤਾਂ ਵੀ ਮੈਨੂੰ ਇਹ ਜੋਬ 'ਤੇ ਕੰਮ ਨਹੀਂ ਕਰਨ ਦਿੰਦੇ, ਮੈਂ ਸਿਰਫ ਇਹ ਗੱਲ ਕਰ ਨਹੀਂ, ਜੋਬ ਨੂੰ ਲੈ ਕੇ ਲੜਾਈ ਹੈ ਸਾਰੀ, ਜੋਬ ਨੂੰ ਲੈ ਕੇ ਲੜਾਈ ਸੀਗੀ, ਨਹੀਂ ਲੜਾਈ ਸੀਗੀ, ਕਹਿ ਸੀਗੀ ਕਿ ਮੈਂ ਇਹ ਕਹਿੰਦੇ ਸੀਗੇ ਕਿ ਤੂੰ ਮੰਮੀ ਘਰ ਆਉਣਾ, ਕੰਮ ਨਹੀਂ ਕਰਨਾ, ਬਾਹਰ ਆ ਜਾ, ਕੰਮ ਨਹੀਂ ਲੱਗਣਾ, ਮੈਂ ਸਿਰਫ ਇੱਕ ਗੱਲ ਕਰਨ ਆਈ ਸੀਗੀ, ਮੈਂ ਸਾਰੀਆਂ ਗੱਲਾਂ ਇੱਥੇ ਨਹੀਂ ਕਰ ਸਕੀ, ਠੀਕ ਹੈ ਨਾ, ਕੁਛ ਗੱਲਾਂ ਇਹੋ ਜਿਹੀਆਂ ਨੇ ਜਿਹੜੀਆਂ ਮੈਂ ਇੱਥੇ ਸਾਹਮਣੇ ਨਹੀਂ ਕਰ ਸਕਦੀ, ਕਿਉਂਕਿ ਮੈਂ ਤੁਹਾਨੂੰ ਸਭ ਗੱਲਾਂ ਦੱਸਾਂਗੀ, ਜੇ ਉਹਨਾਂ ਨੇ ਤੁਹਾਨੂੰ ਖੋਲ ਕੇ ਗੱਲ ਕੀਤੀ ਨਾ ਮੈਂ ਵੀ ਕਰਾਂਗੀ, ਤੁਹਾਡੇ ਕੋਲ ਪੁੱਛਿਆ ਨਾ ਕਿਉਂਕਿ ਉਹਨਾਂ ਨੇ ਤਾਂ ਆਪਣਾ ਦੱਸੀ ਸਾਰੀ ਗੱਲ, ਪਰ ਮੈਂ ਹਰ ਗੱਲ ਇੱਥੇ ਨਹੀਂ ਕਰਾਂਗੀ, ਤੇਰੀ ਗੱਲ ਨਹੀਂ, ਜਿਹੜਾ ਤੁਹਾਡੇ ਤੇ ਇਲਜ਼ਾਮ ਲਗਾ ਰਹੇ ਉਹਨੂੰ ਕਿਵੇਂ ਦੇਖਦੇ ਹੋ, ਜਿਹੜੇ ਕਿ ਉਹ ਕਹਿੰਦੇ ਕਿ ਉਹ ਮੇਰੇ ਤੇ ਇਲਜ਼ਾਮ ਲਗਾ ਰਹੇ ਨਾ, ਉਹ ਜੋ ਵੀ ਕਹਿੰਦੇ ਪਏ ਨਾ ਉਹਨਾਂ ਦੀ ਗੱਲ ਹੈ, ਕਹਿੰਦੇ ਸੀ ਹਿੰਦੂ ਧਰਮ ਦੇ ਵਿੱਚ ਵਿਆਹ ਕੀਤਾ ਸੀਗਾ, ਦੇਖੋ ਇਹ ਸਾਰੇ ਤਾਂ ਹੀ ਮੈਂ ਕਿਹਾ ਨਾ ਜੋ ਵੀ ਗੱਲਬਾਤ ਹੈਗੀ ਹੈ ਨਾ ਮੈਂ ਆਪਣੀ ਹਰ ਗੱਲ ਨਹੀਂ ਕਰ ਸਕਦੀ, ਕੁਛ ਉਹ ਕਹਿੰਦੇ ਕਿ ਇੰਟਰਫੇਅਰ ਤੁਹਾਡੀ ਫੈਮਿਲੀ ਦਾ ਇੰਟਰਫੇਅਰ, ਇਹਨਾਂ ਦੀ ਫੈਮਿਲੀ ਵੱਲੋਂ ਕੋਈ ਫੈਮਿਲੀ ਵੱਲੋਂ ਇੰਟਰਫੇਅਰ ਨਹੀਂ ਹੁੰਦਾ, ਕੋਈ ਨਾ ਹੋਏਗਾ ਜੋ ਇਹ ਗੱਲਾਂ ਕਰਦੇ ਪਏ ਨਾ ਕਿ ਇਦਾਂ ਹੋਇਆ ਇਦਾਂ ਹੋਇਆ, ਇਹ ਗੱਲ ਕਰਦੇ ਪਏ ਸੀਗੇ ਇੱਕ ਸਾਡੀ ਮੈਰਿਜ ਨੂੰ 12 ਸਾਲ ਹੋ ਗਏ, 12 ਸਾਲ ਤਾਂ ਸਭ ਕੁਝ ਚੱਲਦਾ ਆਇਆ, ਠੀਕ ਹੈ ਨਾ, ਪੁਲਿਸ ਦੇ ਕਹਿੰਦੇ ਕੋਲ ਤੇ ਸਾਰੇ ਉੱਤੇ ਜਾ ਰਹੇ, ਇਹ ਮਤਲਬ
ਮੈਰਿਜ ਤੋਂ ਬਾਅਦ ਹੈ, ਇਹਨਾਂ ਦੀ ਸਹਿਮਤੀ ਨਾਲ ਹੀ ਸਾਰਾ ਕੁਛ ਹੋਇਆ, ਇਹਨਾਂ ਦੀ ਸਹਿਮਤੀ ਨਾਲ ਹੋਇਆ, ਸਹਿਮਤੀ ਤੋਂ ਬਿਨਾਂ ਨਹੀਂ ਹੋਇਆ, ਠੀਕ ਹੈ ਨਾ। ਜਿਹੜੀਆਂ ਗੱਲਾਂ ਕਰ ਰਹੇ ਆ ਤੁਸੀਂ ਇਹਨਾਂ ਤੋਂ ਅਲੱਗ ਕਿੰਨੀ ਦੇਰ ਤੋਂ ਰਹਿ ਰਹੇ ਹੋ? ਸਾਲ ਹੋ ਗਿਆ ਉਧਰ ਰਹਿੰਦੀ ਪਈ, ਉਦੋਂ ਦੀ ਅਸੀਂ ਕਿੰਨੇ ਵਾਰੀ ਕੋਸ਼ਿਸ਼ ਕੀਤੀ ਗੱਲਬਾਤ ਕਰਨ ਦੀ, ਇਹਨਾਂ ਨੇ ਮੇਰੀ ਮੰਮੀ ਹੁਣਾਂ ਨੂੰ, ਮੇਰੀ ਮਤਲਬ ਕਿ ਭੈਣਾਂ ਹੁਣਾਂ ਨੂੰ ਘਰ ਬੁਲਾਇਆ ਸੀ, ਸੱਦਿਆ ਸੀ ਮੇਰੇ ਇੱਧਰ ਦਾ, ਜੋ ਵੀ ਗੱਲਬਾਤ ਇਹਨਾਂ ਨੇ ਕੀਤੀ ਸੀ ਨਾ ਤੁਸੀਂ ਉੱਥੇ ਪੋਸਟ ਦਿਓ, ਜਿੱਦਾਂ ਤੁਸੀਂ ਇੱਥੇ ਗੱਲ ਕੀਤੀ ਨਾ ਸਾਰੀ, ਇੱਦਾਂ ਗੱਲ ਸਾਰੀ ਤੁਸੀਂ ਉੱਥੇ ਵੀ ਕਰੋ, ਸਾਡੇ ਮਤਲਬ ਕਿ ਆਡੀ ਗੁਆਡੀ ਨੂੰ ਪੁੱਛੋ ਕੀ ਗੱਲ ਹੈ ਕੀ ਨਹੀਂ, ਕੀ ਹੁੰਦਾ ਆ, ਕਿਉਂ ਉਹਨਾਂ ਦੇ ਵਿੱਚ, ਉਹ ਵੀ ਸਭ ਗੱਲ ਕਲੀਅਰ ਤੁਸੀਂ ਕਰ ਸਕਦੇ ਹੋ, ਠੀਕ ਹੈ ਨਾ। ਜੋ ਗੱਲਾਂ ਬਾਤਾਂ ਹੋਈਆਂ ਉਹ ਮੇਰੇ ਤੋਂ ਨਹੀਂ ਸਹਿਣ ਹੋਈਆਂ, ਠੀਕ ਹੈ ਨਾ। ਮੈਂ ਇਸ ਕਰਕੇ ਇਹਨਾਂ ਨੂੰ ਕਿਹਾ ਕਿ ਮੈਂ ਨਹੀਂ ਸਹਿ ਸਕਦੀ, ਉਹ ਸਭ ਕੁਛ ਨਹੀਂ ਕਰ ਸਕਦੀ ਜੋ ਤੁਸੀਂ ਮੈਨੂੰ ਕਿਹਾ ਸੀਗਾ। ਇਹ ਵਾਲੀ ਧਰਮ ਵਾਲੀ ਗੱਲ ਨੀ, ਉਹ ਦੂਸਰੀ ਗੱਲ ਹੈਗੀ। ਕੋਈ ਧਰਮ ਧਰਮ ਨੀ, ਪ੍ਰਭੂ ਧਰਮ ਨੀ ਬਦਲਦਾ, ਉਹ ਮਨ ਬਦਲਦਾ, ਠੀਕ ਹੈ ਨਾ। ਮੈਂ ਕੀ ਕਹਿੰਦੇ ਨੇ, ਜੇ ਪ੍ਰਭੂ ਦੇ ਵਿੱਚ, ਯਿਸੂ ਦੇ ਵਿੱਚ ਗਈ ਆ ਤੇ ਮੈਂ ਆਪਣੇ ਇੱਥੋਂ ਗਈ ਆ, ਮੈਂ ਆਪਣੇ ਪੇਕਿਆਂ ਤੋਂ ਨਹੀਂ ਗਈ, ਠੀਕ ਹੈ ਨਾ। ਮੈਂ ਮੈਰਿਜ ਤੋਂ ਬਾਅਦ ਦੀਆਂ ਗੱਲਾਂ ਨੇ, ਤੇ ਮੈਂ ਲੜਾਈ ਝਗੜਾ ਜਿਹੜਾ ਆ ਤੇ ਪਹਿਲਾਂ ਵੀ ਹੁੰਦਾ ਆ ਪਹਿਲਾਂ। ਹੁਣ ਮੈਂ ਸਿਰਫ ਇੱਕੋ ਗੱਲ ਕਰਨਾ ਹੀ ਸੀਗੀ ਕਿ ਮੈਂ ਜੋਬ ਤੇ ਕੰਮ ਕਿਤੇ ਜਾਣਾ ਆ, ਤੇ ਬਈ ਤੁਸੀਂ ਮੈਨੂੰ ਨਾ ਪਰੇਸ਼ਾਨ ਨਾ ਕਰਿਓ ਕਿ ਤੁਸੀਂ ਉੱਥੇ ਜਾ ਕੇ ਬੋਲੀ ਆਉਣਾ, ਏਦਾਂ ਮਤਲਬ ਉੱਥੇ ਇਨਸਲਟ ਹੁੰਦੀ ਹੈ, ਬੇਇੱਜ਼ਤੀ ਹੁੰਦੀ ਹੈ ਉਹਨਾਂ ਦੀ ਵੀ ਨਾ। ਅਗਲੇ ਕਹਿੰਦੇ ਹੈਗੇ ਕਿਹੜੀ ਗੱਲ ਹੈ, ਤੂੰ ਆਪਣੇ ਪਰਸਨਲ ਮਸਲੇ ਪਹਿਲਾਂ ਹੱਲ ਕਰਕੇ ਆ, ਮੈਨੂੰ ਇਹ ਕਹਿੰਦੇ ਆ, ਕਿਉਂਕਿ ਮੈਂ ਉਹਨਾਂ ਤੋਂ ਕੋਈ ਖਰਚਾ ਥੋੜ੍ਹਾ ਲੈ ਰਹੀ ਹਾਂ, ਠੀਕ ਹੈ ਨਾ। ਬਸ ਮੈਂ ਗੱਲ ਕਰਨਾ ਸੀ ਕਿ ਮੈਂ ਜੋਬ ਤੇ ਜਾਣਾ, ਤੇ ਮੈਂ ਤੁਸੀਂ ਨਹੀਂ ਆ ਕਹਿੰਦੇ ਨਹੀਂ ਮੈਂ ਉੱਥੇ ਪੰਗਾ ਕਰਨਾ, ਮੈਂ ਉੱਥੇ ਜਾਣਾ ਆ, ਮੈਂ ਤੈਨੂੰ ਜੋਬ ਤੇ ਨਹੀਂ ਲੱਗਣ ਦਿੰਦਾ, ਤੂੰ ਦੱਸ ਮੈਨੂੰ ਕਿੱਦਾਂ ਲੱਗੇਗੀ। ਏਦਾਂ ਏਦਾਂ ਗੱਲਾਂ ਤੋਂ ਨਾ ਇਹ ਗੱਲਾਂ ਮਤਲਬ ਕਿ ਵੱਧ ਗਈਆਂ, ਬਾਅਦ ਵਿੱਚ ਮੈਨੂੰ ਮੈਂ ਬੈਠ ਕੇ ਗੱਲ ਕਰਦੀ ਪਈ, ਮੈਨੂੰ ਫੋਨ ਕੋਤਾ, ਫੋਨ ਵੀ ਲੈ ਲਿਆ, ਮੈਂ ਦਿਮਾਗ 'ਚ ਧੱਕੇ ਮਾਰੇ, ਬਾਹਰ ਕੱਢਿਆ, ਧੱਕੇ ਮਾਰ ਕੇ ਬਾਹਰ ਕੱਢਿਆ, ਗੁੱਸਾ ਕਰਨਾ ਆ। ਇਹਨਾਂ ਦੀ ਸਭ ਤੋਂ ਵੱਡੀ ਗੱਲ ਹੈ, ਜਦੋਂ ਵੀ ਕਦੇ ਵੀ ਲੈ ਕੇ ਤੁਹਾਨੂੰ ਫੋਨ ਕੀਤਾ, ਠੀਕ ਹੈ ਭਾਜੀ, ਜਦੋਂ ਕਹਿੰਦੇ ਜਦੋਂ ਵੀ ਸਾਡੇ ਲੜਾਈ ਝਗੜਾ ਹੁੰਦੀ ਮੈਨੂੰ ਮਾਰਦੇ, ਮੈਨੂੰ ਕੱਲੀ ਇਹੀ ਕੰਪਲੇਂਟ ਹੈ, ਸਾਹਮਣੇ ਉਹ ਕਹਿੰਦੇ ਕਿਤੇ ਮਾਰ ਕੁੱਟ ਕਰਦੇ ਆ ਮੇਰੇ ਨਾਲ, ਜਦੋਂ ਕੋਈ ਗੱਲਬਾਤ ਹੁੰਦੀ ਤੇ ਮੇਰੇ ਨਾਲ। ਭਾਜੀ ਜਨਾਨੀ ਦਾ ਤਾਂ ਪਹਿਲਾਂ ਸਾਰਿਆਂ ਨਾਲ ਵੱਡਾ ਹਥਿਆਰ ਹੈ, ਆਪਾਂ ਰੋ ਕੇ ਗੱਲ ਕਰਨੀ ਆ, ਠੀਕ ਹੈ ਨਾ, ਕਿ ਮਾਨੂੰ ਮਾਰਦਾ ਕੁੱਟਦਾ। ਭਾਜੀ ਮੈਨੂੰ ਕੀ ਲੋੜ ਹੈ ਮਾਰੇ ਕੁੱਟ ਦੀ, ਮੇਰੇ ਨਾਲ ਸਹਿਮਤੀ ਨਾਲ ਚੱਲੇ, ਆਪਣਾ ਘਰ ਦੇਖਿਆ, ਕਹਿੰਦੀ ਮੈਂ ਕੰਮ ਕਰਕੇ ਦੇ ਕੰਮ ਕਰਨਾ ਵਾ ਤੇ ਪੈਸੇ, ਉਹਦਾ ਨਾਂ ਕੀ, ਮੈਂ ਘਰ ਖਰਚੇ ਕਰਨੇ, ਤੈਨੂੰ ਕੀ ਲੋੜ ਹੈ ਕੰਮ ਕਰਨ ਦੀ ਬਾਈ, ਤੂੰ ਆਪਣਾ ਘਰ ਦੇਖ, ਬੱਚੇ ਦੇਖ, ਮੇਰੀ ਮਾਂ ਠੀਕ ਨਹੀਂ ਹੈਗੀ ਉਹਨੂੰ ਦੇਖ, ਠੀਕ ਹੈ ਨਾ, ਤੈਨੂੰ ਮੈਂ ਨਹੀਂ ਕੰਮ ਲੱਗਾ ਦੇਣਾ, ਤੁਸੀਂ ਨਹੀਂ ਕਰਵਾਉਣਾ ਜਾਂਦੇ ਕੰਮ, ਖਰਚਾ ਨਹੀਂ ਦਿੰਦੇ ਤੁਹਾਨੂੰ ਘਰੇ, ਮੈਨੂੰ ਮਤਲਬ ਕੋਈ ਖਰਚਾ ਨੀ ਮਿਲਦਾ, ਤੁਸੀਂ ਗੱਲ ਕਰਨੀ ਬਹਿ ਕੇ ਗੱਲ ਕਰੋ, ਮੀਡੀਆ ਬੁਲਾ ਕੇ ਤਾਂ ਮੀਡੀਆ ਨਾਲ ਗੱਲ ਕਰ ਰਹੇ, ਚਲੋ ਅਸੀਂ ਤੁਹਾਡੇ ਲਈ ਵੀ ਆਏ ਜੀ, ਤੁਹਾਡੀ ਵੀ ਗੱਲ ਸੁਣ ਹੀ ਰਹੇ ਹਾਂ, ਤਾਂ ਮੈਂ ਸਾਰੀ ਗੱਲ ਤੁਸੀਂ ਸੁਣੋ, ਬਿਲਕੁਲ ਤੁਸੀਂ ਇਕੱਲੇ ਰਹੋ, ਦੇਖੋ ਤੁਸੀਂ ਇਕੱਲੇ ਰਹਿੰਦੇ ਹੋ ਸਾਲ ਤੋਂ, ਤੁਹਾਡੇ ਵੀ ਖਰਚੇ ਆ, ਤੁਸੀਂ ਚਲੋ ਜੋਬ ਤੱਕ, ਬਿਲਕੁਲ ਬਿਲਕੁਲ, ਜੇ ਮੈਂ ਜੋਬ ਤੇ ਨਹੀਂ ਕਰਨਾ ਫਿਰ ਤੁਸੀਂ ਮੈਨੂੰ ਖਰਚਾ ਦੋਗੇ ਨਾ, ਮੈਨੂੰ ਕਹਿੰਦੇ ਕਿ ਮੈਂ ਤੈਨੂੰ ਖਰਚੇ ਦੇਣੇ ਆ ਤੇ ਤੈਨੂੰ ਮਤਲਬ ਕਿ ਹਰ ਗੱਲ, ਮੈਂ ਪਤਨੀ ਆ, ਉਹ ਪਤੀ
ਤੁਹਾਡੀ ਹੈ, ਠੀਕ ਹੈ ਨਾ, ਮੈਂ ਤੁਹਾਡੇ ਘਰ ਵਿਆਹੀ ਆਈ ਹਾਂ, ਤੁਸੀਂ ਥੋੜਾ ਉੱਥੇ ਗਏ, ਠੀਕ ਹੈ ਨਾ, ਤੇ ਜੋ ਗੱਲਬਾਤ ਹੁੰਦੀ ਹੈ ਦੋਨਾਂ ਵਿੱਚ ਸਹਿਮਤੀ ਨਾਲ ਹੁੰਦੀ ਆ, ਜੇ ਕੋਈ ਹਸਬੰਡ ਹੀ ਕਵੇ ਤਾਂ ਮੈਂ ਹੀ ਮਤਲਬ ਕਿ ਮੈਂ ਮੇਰੀ 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 ਮਨਾਉਣੀ ਚਾਹੀਦੀ ਹੈ, ਤੇਰੀ ਜਨਾਨੀ ਦੀ ਕੋਈ ਵੈਲਿਊ ਨਹੀਂ ਹੈਗੀ, ਉਹਦੇ ਮਾਇਕੇ ਨੂੰ ਜਾਂ ਦੋਸ਼ ਦੇ ਦੇਣਾ, ਕੀ ਦੋਸ਼ ਦੇਣਾ, ਤੁਸੀਂ ਪੁੱਛੋ ਜਾ ਕੇ ਉੱਧਰ ਵੀ ਪੁੱਛੋ, ਜਾ ਕੇ ਮੰਮੀ ਦੇ ਘਰ ਪੁੱਛੋ, ਭੈਣਾਂ ਨੂੰ ਪੁੱਛੋ ਕੀ ਪ੍ਰੋਬਲਮ ਆਉਂਦੀ ਹੈ, ਦੱਸੋ ਕਿ ਜੋ ਜੋ ਇਹਨਾਂ ਨੇ ਕਿਹਾ ਉਹ ਮੈਂ ਸਹਿ ਸਕਦੀ ਹਾਂ, ਕੋਈ ਸਹਿ ਸਕਦਾ ਸੀ ਜੋ ਜਿਹਨਾਂ ਨੇ ਕਿਹਾ, ਜਿਹਨਾਂ ਜਿਹਨਾਂ ਨੇ ਵੀ ਜੋ ਵੀ ਕਿਹਾ ਨਾ ਸਭ ਨੂੰ ਪਤਾ। ਭਾਜੀ ਮੈਂ ਤੁਹਾਨੂੰ ਦੱਸਾਂ ਮੈਂ ਕੀ ਕਿਹਾ, ਮੈਂ ਕੋਈ ਵੀ ਲਗਾ ਨਹੀਂ ਕਰਦਾ, ਠੀਕ ਹੈ, ਮੇਰੀ ਗੱਲ ਸੁਣੋ ਭਾਜੀ, ਮੈਂ ਗੱਲ ਖੋਲਾਂਗਾ, ਮੈਨੂੰ ਕੋਈ ਪੜਦਾ ਨਹੀਂ, ਭਾਜੀ ਮੇਰੀ ਗੱਲ ਸੁਣੋ, ਇੱਕ ਮਿੰਟ, ਹੁਣ ਇਹਨੇ ਗੱਲ ਖੋਲਦੀ ਨਾ, ਇਹਦਾ ਕੋਈ ਲਗਾ ਨਹੀਂ ਹੈਗਾ, ਇਸ ਜਨਾਨੀ ਨੇ ਮੈਨੂੰ ਕਿਹਾ, ਕਹਿੰਦੀ ਨਾ ਕਿ ਮੇਰੇ ਕੋਲ ਜਰ ਨਹੀਂ ਹੁੰਦਾ, ਠੀਕ ਹੈ ਨਾ, ਠੀਕ ਹੈ, ਤੇ ਕੋਈ ਨਹੀਂ ਜਰ ਹੁੰਦਾ, ਜਦ ਭਾਜੀ ਇੱਕ ਕਮਰੇ ਦੇ ਵਿੱਚ ਬੰਦਾ ਇਕੱਲਾ ਵੱਖਰਾ ਸੁੱਤਾ, ਜਨਾਨੀ ਵੱਖਰੀ ਸੁੱਤੀ ਹੈ, ਰੀਜ਼ਨ ਕੀ ਹੈ, ਠੀਕ ਹੈ, ਮੈਂ ਇਹਨੂੰ ਜਦੋਂ ਕਹਾਂ ਕਿ ਮੇਰੀ ਵਾਈਫ ਹੈ, ਮੈਂ ਜਦੋਂ ਕਹਿੰਦਾ ਕਿ ਤੂੰ ਮੇਰੇ ਕੋਲ ਆ ਕੇ ਸੋ, ਤੇ ਅੱਗੋਂ ਮੈਨੂੰ ਪਤਾ ਕੀ ਜਵਾਬ ਮਿਲਦਾ ਸੁਣਨ ਲਈ, ਕਿ ਮੈਂ ਸਵੇਰੇ ਬਾਈਬਲ ਪੜ੍ਹਨੀ ਹੁੰਦੀ ਹੈ, ਤੇਰਾ ਦਿਲ ਕਰਦਾ ਜਦੋਂ ਮੈਨੂੰ ਆਵਾਜ਼ ਮਾਰ ਲੈਣਾ, ਮੈਂ ਕਿਹਾ ਬਾਈਬਲ ਨੂੰ ਬਾਈਬਲ ਦੀ ਜਗ੍ਹਾ ਰੱਖ, ਠੀਕ ਹੈ ਨਾ, ਪਰ ਜਿਹੜਾ ਪਤੀ ਦਾ ਅਧਿਕਾਰ ਹੈ ਉਹ ਪਤੀ ਨਾਲ ਚੱਲ, ਕਹਿੰਦੀ ਨਹੀਂ, ਮੈਂ ਕਿਹਾ ਮੇਰੀ ਗੱਲ ਸੁਣ, ਜੇ ਤੂੰ ਮੇਰੇ ਨਾਲ ਸਹੀ ਤਰ੍ਹਾਂ, ਮੈਂ ਤੈਨੂੰ ਵਿਆਹ ਕੇ ਲੈ ਜਾ, ਤੂੰ ਮੇਰੇ ਨਾਲ ਸਹੀ ਤਰ੍ਹਾਂ ਨਹੀਂ ਸਹਿਮਤੀ ਨਾਲ ਚੱਲੇਗੀ, ਤੇ ਮੈਂ ਬਾਹਰ ਪੈਸੇ ਦੇ ਕੇ ਕਰਾਂਗਾ ਗਲਤ ਕੰਮ, ਫੇਰ ਤੁਸੀਂ ਕਹਿਣਾ ਕਿ ਗਲਤ ਕੰਮ ਕਰਦਾ ਵਾ ਤੇਰੇ ਹੁੰਦਿਆਂ, ਮੈਂ ਕਿਹਾ ਮੈਨੂੰ ਕੀ ਲੋੜ ਬਾਹਰ ਮੂੰਹ ਮਾਰਨ ਦੀ, ਦੱਸ ਪਹਿਲਾਂ, ਹੈ, ਇਹ ਕਹਿੰਦੀ ਜਾ ਤੂੰ ਜਿੱਥੇ ਜਾਣਾ ਜਾ, ਮੈਂ ਕਿਹਾ ਬਾਹਰ 400-500 ਦੇ ਕੇ ਮੂੰਹ ਕਾਲਾ ਕਰਾਂਗਾ, ਤੇ ਤੂੰ ਮੇਰੇ ਨਾਲ ਕਿਉਂ ਨਹੀਂ ਕਰ, ਨਹੀਂ ਮੈਂ ਸਵੇਰੇ ਉੱਠ ਕੇ ਬਾਈਬਲ ਪੜ੍ਹਨੀ ਹੁੰਦੀ ਹੈ, ਤੇ ਤੂੰ ਏਦਾਂ ਕਰਦੀ, ਮੈਂ ਕਿਹਾ ਬਾਈਬਲ ਪਵਿੱਤਰ ਚੀਜ਼ ਹੈ, ਉਹਨੂੰ ਉਹਦੀ ਜਗ੍ਹਾ ਦੇ, ਪਰ ਬੰਦੇ ਨੂੰ ਬੰਦੇ ਦੀ ਜਗ੍ਹਾ ਦੇ, ਠੀਕ ਹੈ ਨਾ, ਪੁੱਛੋ ਇਸ ਜਨਾਨੀ ਨੂੰ, ਇਸ ਜਨਾਨੀ ਦੇ ਮੂੰਹ ਦੇ ਵਲਡ ਹੈਗੇ ਕਿ ਨਹੀਂ, ਇਹਨੇ ਖੁਦ ਕਿਹਾ ਜਾ 200-300 ਰੁਪਏ ਦੇ ਕੇ ਜਿੱਥੇ ਮਰਜ਼ੀ ਗੂੰ ਖਾਣਾ ਖਾ ਲਾ, ਜੇ ਨਾ ਕਿਹਾ ਹੋਵੇ ਗਾਂ ਤਾਂ ਗੱਲ ਕਰੇ, ਭਾਜੀ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਗੱਲ ਕਹੀ ਹੈ, ਤੁਹਾਨੂੰ ਮੈਂ ਹੁਣ ਵੀ ਕਹਿੰਦਾ, ਜੇ ਮੈਨੂੰ ਘਰੇ ਪਿਆਰ ਮਿਲੇਗਾ ਮੈਂ ਕਦੀ ਬਾਹਰ ਮੂੰਹ ਨਹੀਂ ਮਾਰੂੰਗਾ, ਜੇ ਮੈਨੂੰ ਘਰੇ ਰੋਟੀ ਮਿਲੇਗੀ ਨਾ ਤੇ ਮੈਂ ਬਾਹਰ ਨਹੀਂ ਖਾਣ ਜਾਵਾਂਗਾ, ਇਸ ਜਨਾਨੀ ਮੈਨੂੰ ਲੜਾਈ ਝਗੜੇ ਦਾ ਕਾਰਨ ਇਹੀ ਆ, ਇਹੀ ਹੈ ਭਾਜੀ, ਮੈਂ ਇਸ ਇੱਕ ਕਮਰੇ ਦੇ ਵਿੱਚ ਆਪਾਂ ਅਲੱਗ ਸੋਨੇ ਆ, ਠੀਕ ਹੈ, ਕੀ ਹੈ ਰੀਜ਼ਨ ਮੇਰੇ ਵਿੱਚ, ਇਹਨੇ ਵਿੱਚ ਜਦੋਂ ਵੀ ਕੋਈ ਗੱਲ ਹੋਏ ਇਹ ਵਿੱਚ ਬਚਨ ਲੈਣ ਦੀ ਹੈ, ਧਰਮ ਲੈਣ ਦੀ ਹੈ, ਤੂੰ ਪੜ੍ਹਨਾ ਵਾ ਬਾਈਬਲ ਨੂੰ ਪੜ੍ਹਨਾ ਵਾ, ਟਾਈਮ ਰੱਖ ਲੈ ਇੱਕ, ਠੀਕ ਹੈ ਨਾ, ਇਹ ਰਿੰਕੂ ਭਾਈ ਦੇ ਵੀ ਗੱਲਾਂ ਹੋਈ ਦੀਆਂ, ਇਹ ਕੋਈ ਮੈਂ ਝੂਠ ਬੋਲਦਾ ਹਾਂ ਤਾਂ ਉੱਥੋਂ ਫੜਿਆ ਜਾਵਾਂਗਾ, ਰਿੰਕੂ ਭਾਈ ਦੇ ਵੀ ਗੱਲਾਂ ਹੋਈਆਂ, ਮੈਂ ਦੀਦੀ ਨੂੰ ਕਿਹਾ ਸੀ ਸੁਨੀਤਾ ਦੀਦੀ ਨੂੰ ਕਿ ਦੀਦੀ ਆਹ ਗੱਲ ਹੈ, ਦੀਦੀ ਕਹਿੰਦੀ ਹੈ ਕਿ ਉਹਦਾ ਨਾ ਕਿ ਬੇਟਾ ਬਾਈਬਲ ਪੜ੍ਹਨੀ ਹੈ, ਜਦੋਂ ਉਹ ਕੰਮ ਤੇ ਗਿਆ ਹੁੰਦਾ ਤੂੰ ਉਦੋਂ ਪੜ੍ਹ ਲੈ, ਠੀਕ ਹੈ ਨਾ, ਤੇ ਜੇ ਤੇਰਾ ਬੰਦਾ ਕਹਿੰਦਾ ਕਿ ਤੂੰ ਮੇਰੇ ਨਾਲ ਆ ਕੇ ਸੋ ਤਾਂ ਤੂੰ ਕਿਉਂ ਨਹੀਂ ਸੋਣਾ, ਠੀਕ ਹੈ ਨਾ, ਤੇ ਬਾਹਰ ਬਾਹਰ ਮੂੰਹ ਮਾਰੇਗਾ ਫਿਰ ਵਧੀਆ, ਕੀ ਹੁਣ ਮੇਨ ਮੰਗ ਗਈ ਭਾਈ ਲਾਸਟ ਤੁਹਾਡੀ, ਇਹ ਅੱਜ ਮੇਰੇ ਤੇ ਇਲਜ਼ਾਮ ਲਾਉਂਦੀ ਹੈ ਕਿ ਹਾਂ ਬਈ ਬਾਹਰ ਮੂੰਹ ਮਾਰਦਾ, ਇਹ ਕਰਦਾ, ਸਬੂਤ ਦੇਵੇ ਮੈਨੂੰ, ਦੋ ਮੈਨੂੰ ਸਬੂਤ, ਠੀਕ ਹੈ ਨਾ, ਤੂੰ ਘਰੋਂ ਇੱਕ ਮਹੀਨਾ ਬਾਹਰ ਭੱਜ ਗਈ ਹੈ ਤੇ ਮੈਂ ਤੈਨੂੰ ਕੁਛ ਕਿਹਾ, ਲੜਾਈ ਹੋ ਗਈ, ਕਹਿੰਦੇ ਮੈਨੂੰ ਇਹਨਾਂ ਨੇ ਮਾਰਕੁੱਟ ਵੀ ਕੱਢਿਆ ਸੀਗਾ, ਸਾਲ ਹੋ ਗਿਆ ਭਾਜੀ, ਮੈਂ ਖੁਦ ਛੱਡ ਕੇ ਆਇਆ ਨੂੰ, ਤੁਹਾਡੇ ਸਾਹਮਣੇ ਭਾਜੀ ਉਹ ਕਹਿੰਦੇ ਪਏ ਸੀ ਕਿ ਜਦੋਂ ਕੋਈ ਗੱਲਬਾਤ ਹੁੰਦੀ ਹੈ ਤਾਂ ਮੇਰੇ ਨਾਲ ਹੱਥ 'ਚ ਲੱਗੇ ਕਰਦੇ, ਮੈਨੂੰ ਕੁੱਟਦੇ ਮਾਰਦੇ, ਭਾਜੀ ਉਹਦਾ ਉਹਨੇ ਦੇਖੋ ਔਰਤ ਦਾ ਪਹਿਲਾ ਇਸ਼ੂ ਹੈਗਾ, ਠੀਕ ਹੈ ਨਾ, ਕਿ ਇਹ ਮੈਨੂੰ ਮਾਰਦਾ ਕੁੱਟਦਾ ਗਾਲਾਂ ਕੱਢਦਾ ਮੇਰੇ, ਜਦੋਂ ਵੀ ਕੋਈ ਗੱਲ ਹੁੰਦੀ ਸੀ ਨਾ, ਜਦੋਂ ਵੀ ਕੋਈ ਗੱਲ ਹੁੰਦੀ ਹੈ, ਇਸ ਜਨਾਨੀ ਨੇ ਉਹ ਸਾਡੇ ਆਂਟੀ ਬੈਠੇ ਉਹਨੂੰ ਪੁੱਛੋ, ਇੱਥੋਂ ਕੋਠੇ ਇੱਕ ਦਿਨ ਛਾਲ ਮਾਰ ਕੇ ਸਾਨੂੰ ਅੰਦਰ ਕਰਾ ਲਗੀ, ਉਹ ਆਂਟੀ ਨੇ ਦਾਬਾ ਮਾਰਿਆ ਤੇ ਇਹ ਇਹਨੂੰ ਤੇ ਇਹ ਤਾਂ ਸੁਧਰੀ, ਠੀਕ ਹੈ, ਇਹ ਮੇਰੀ ਗਲੀ 'ਚ ਆ ਕੇ ਮੇਰੀਆਂ ਸਾਲੀਆਂ ਬਦਤਮੀਜ਼ੀ ਨਾਲ, ਮੇਰੀ ਸੱਸ ਬਦਤਮੀਜ਼ੀ ਨਾਲ ਬੋਲਦੀਆਂ, ਠੀਕ ਹੈ ਨਾ, ਸਾਡੇ ਘਰ ਵਿੱਚ ਭਾਜੀ ਹੋਰ ਕੋਈ ਰੀਜ਼ਨ ਨਹੀਂ ਹੈਗਾ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਇਹ ਕਹਿੰਦੀ ਹੈ ਜੇ ਮੈਂ ਪਾਪਾ ਦੇ ਨਾਲ ਕੰਮ ਕਰਦਾ ਸੀ ਇਹ ਮੈਨੂੰ ਤਾਂ ਵੀ ਕਹਿੰਦੀ ਹੈ, ਤੂੰ ਏਦਾਂ ਬਾਅਦ ਜਨਾਨੀਆਂ ਰੱਖੀ ਦੀਆਂ, ਤੂੰ ਇਹ ਕਰਦਾ, ਭਾਜੀ ਮੈਂ ਤਾਂ ਆਪਣੀ ਰੋਟੀ ਪੂਰੀ ਕਰਦਾ, ਇਸ ਵੇਲੇ ਤੁਹਾਨੂੰ ਜਿਹੜੀਆਂ ਦੁਕਾਨਾਂ ਨੇ 40-50 ਤੋਂ ਹੱਸਣਾ ਹੀ ਹੈ ਭਾਜੀ, ਦੇਖ ਸਕਦੇ ਹੋ ਕਿ ਦਿਮਾਗ ਕਾਫੀ ਜਿਹੜਾ, ਮੈਂ ਕਿਹਾ ਜੇ ਤੂੰ ਨਹੀਂ ਜਾ ਸਕਦੀ ਮੇਰੇ ਨਾਲ ਸਹਿਮਤੀ ਨਾਲ, ਇਹਨੂੰ ਮੈਂ ਕਿਹਾ ਇਹਦੇ ਮੰਮੀ ਨੂੰ ਇਹਦੀ ਭੈਣਾਂ ਨੂੰ ਬੁਲਾ ਕੇ ਕਿਹਾ, ਕਹਿੰਦਾ ਮੇਰੇ ਨਾਲ ਨਹੀਂ ਸਹਿਮਤੀ ਨਾਲ ਜਾ ਸਕਦੀ, ਠੀਕ ਹੈ, ਇੱਕ ਜਨਾਨੀ ਹੋਰ ਲੈਣ ਨਹੀਂ, ਤੂੰ ਸਹਿਮਤੀ ਨਾਲ ਨਹੀਂ ਜਾਣਾ ਤੇ ਉਹ ਨਾਲ ਚੱਲ ਜਾਇਆ ਕਰੇਗੀ, ਠੀਕ ਹੈ ਨਾ,
ਇਹਦੀ ਮੰਮੀ ਨੂੰ ਇਹਦੀ ਸਾਲੀਆਂ ਨੂੰ ਬੁਲਾ ਕੇ ਕਿਹਾ ਕਿ ਤੁਹਾਡੀ ਕੁੜੀ ਮੈਨੂੰ ਏਦਾਂ ਤੰਗ ਪਰੇਸ਼ਾਨ ਕਰਦੀ, ਇੱਕ ਕਮਰੇ ਅਲੱਗ ਅਲੱਗ ਸੋਨੇ। ਇਹਦੀ ਮਾਰ ਗਿਆ ਅਗੂ, ਇਹਦੀ ਮੰਮੀ ਨੇ ਇੱਕ ਗੱਲ ਕਹਿ ਦਿੱਤੀ, ਪਤਾ ਕੀ? ਕੋਈ ਗੱਲ ਨਹੀਂ, ਹੁਣ ਤਾਂ ਬੱਚੇ ਹੋ ਗਏ ਨੇ, ਹੁਣ ਕੋਈ ਗੱਲ ਨਹੀਂ, ਮਹੀਨਾ ਅਲੱਗ ਅਲੱਗ ਸੋਇਆ ਕਰੋ। ਮੈਂ ਕਿਹਾ ਸਾਡੀ ਮਰਜ਼ੀ ਹੈ, ਸਾਡਾ ਮੇਰਾ ਮੇਰੀ ਜਨਾਨੀ ਨਾ, ਮੈਂ ਉਹਦੇ ਨਾਲ ਜਿੱਦਾਂ ਮਰਜ਼ੀ ਕਰਾਂ। ਉਹ 'ਚ ਤੁਹਾਨੂੰ ਕੀ ਇੰਟਰਫੇਅਰ, ਤੁਸੀਂ ਵਿਆਹ ਕਰ ਦਿੱਤੀ ਨਾ, ਬਿਲਕੁਲ ਤੁਸੀਂ ਤਾਂ ਵਿਆਹ ਕਰਾਇਆ, ਤੁਸੀਂ ਵਿਆਹ ਕਰ ਵੀ ਨਾ, ਮੇਰੀ ਉਹ ਵਾਈਫ ਹੈ, ਮੈਂ ਜੋ ਮਰਜ਼ੀ ਕਰਾਂ ਦੇ ਨਾਲ, ਠੀਕ ਹੈ ਨਾ? ਤੁਸੀਂ ਪਰਸਨਲ, ਠੀਕ ਹੈ, ਮੇਰੀ ਪਰਸਨਲ ਲਾਈਫ ਹੈ, ਠੀਕ ਹੈ ਨਾ? ਉਹ ਮੇਰੀ ਜਨਾਨੀ ਕਹਿ ਰਹੀ ਹੈ ਕਿ ਮੈਂ ਨਹੀਂ ਏਦਾਂ, ਤਾਂ ਜੇ ਤੂੰ ਧਰਮ ਰੱਖਿਆ ਤਾਂ ਧਰਮ ਨੂੰ ਆਪਣੀ ਜਗ੍ਹਾ ਰੱਖ, ਪਰ ਪਰਿਵਾਰ ਜੋ ਬੰਦੇ ਨੂੰ ਅਧਿਕਾਰ ਹੈ ਉਹ ਬੰਦੇ ਨੂੰ ਹੈਗਾ। ਤੇ ਹੁਣ ਅੱਜ ਕੀ ਹੋਇਆ ਸੀ, ਪੂਰਾ ਮਹੱਲਾ ਕਾਹਤੋਂ ਇਕੱਠਾ ਹੋਇਆ ਸੀ? ਭਾਜੀ ਮਹੱਲਾ ਉਹੀ ਹੈ, ਆਈ ਹੈ ਮੈਨੂੰ ਕਹਿੰਦੀ ਮੈਂ ਕੰਮ ਤੇ ਲੱਗਣਾ। ਮੈਂ ਕਿਹਾ ਲੱਗ ਸਕਦੀ ਹੈ, ਮੈਂ ਤੈਨੂੰ ਮਨਾ ਨਹੀਂ ਕਰਾਂਗਾ, ਤੂੰ ਮੰਮੀ ਘਰ ਹੈ, ਮੇਰੇ ਘਰ ਹੁੰਦੀ ਮੈਂ ਕੰਮ ਨਹੀਂ ਕਰਨ ਦਿੰਦਾ। ਬਿਲਕੁਲ, ਮੈਂ ਜੋ ਮਰਜ਼ੀ ਕਰਾਂ ਭਾਜੀ, ਮੈਂ ਇਹਨੂੰ ਕੰਮ ਨਹੀਂ ਕਰਨ ਦੇਣਾ, ਮੇਰੇ ਘਰ ਰਹੇਗੀ ਤੇ ਜੋ ਚਾਹੀਦਾ। ਮੈਨੂੰ ਖਰਚਾ ਵੀ ਨਹੀਂ ਦਿੰਦੇ ਹੈਗੇ ਭਾਜੀ, ਇਹ ਤਾਂ ਕਹਿੰਦੀ ਹੈ ਖਰਚਾ, ਦੱਸੋ ਕਿਹੜਾ ਖਰਚਾ ਬੰਦੇ ਤੋਂ ਲੁਕਾ ਹੈਗਾ ਕੋਈ ਚੀਜ਼? ਜਿਹੜੀ ਚੀਜ਼ ਚਾਹੀਦੀ ਤੂੰ ਮੇਰੇ ਨਾਲ ਚੱਲ, ਮੈਂ ਤੈਨੂੰ ਲੈ ਕੇ ਦਿੰਦਾ, ਠੀਕ ਹੈ? ਇੱਕ ਮਿੰਟ, ਜਿਹੜੀ ਚੀਜ਼ ਚਾਹੀਦੀ ਮੈਂ ਤੈਨੂੰ ਲੈ ਕੇ ਦਿੰਦਾ। ਇਹ ਕਹਿੰਦੀ ਹੈ ਕਿ ਮੈਨੂੰ ਪੱਕਾ ਵੱਜ ਕੇ ਖਰਚਾ ਦੇ, 5,000 4,000। ਦੱਸੋ ਭਾਜੀ ਮੀਆਂ ਬੀਬੀ ਚ ਕਿਹੜਾ ਲੁਕਾ ਹੈ? ਜਿਹੜੀ ਚੀਜ਼ ਦੀ ਤੈਨੂੰ ਲੋੜ ਹੈ ਤੂੰ ਮੇਰੇ ਨਾਲ ਚੱਲ, ਸ਼ਾਮ ਨੂੰ ਤੈਨੂੰ ਲੈ ਕੇ ਦਿੰਦਾ, ਠੀਕ ਹੈ ਨਾ? ਦੱਸੋ ਭਾਜੀ ਮੈਨੂੰ ਕਿਹੜੇ ਗੱਲ ਦੀ ਕਮੀ ਹੈ ਪੈਸੇ ਦੀ? ਮੈਂ ਮਿਹਨਤ ਕਰਦਾ ਵੀ, ਇੱਥੇ ਆਟੋ ਵੀ ਚਲਾਉਂਦਾ, ਫੈਕਟਰੀ 'ਚ ਵੀ ਕੰਮ ਕਰਦਾ, ਮੈਂ ਫੈਕਟਰੀ ਵੀ ਕੰਮ ਕਰਦਾ, ਠੀਕ ਹੈ? ਇਹਨਾਂ ਦੇ ਰਿਸ਼ਤ੾, ਇਹਨਾਂ ਨੂੰ ਦੋ ਦੋ ਕੰਮ ਕਰਦੇ ਹੋ ਵੀ, ਇਹਨਾਂ ਲਈ ਕਰਦੇ ਹੋ ਤੁਸੀਂ? ਭਾਜੀ ਮੈਂ 8 ਮਹੀਨੇ 4 ਮਹੀਨੇ ਪਲਾਟ ਲਿਆ, 9,00,000 ਰੁਪਏ ਦਾ, ਠੀਕ ਹੈ? ਉਹ ਕਿਹਦੇ ਲਈ ਹੈ? ਮੈਂ ਆਪਣੇ ਮੁੰਡੇ ਲਈ ਲਿਆ, ਮੈਂ ਨਾਲ ਹੀ ਕਦਰ ਨਹੀਂ ਮੰਨਣਾ, ਇਹ ਲਿਆ ਵਾ, ਇਹ ਮੁੰਡੇ ਲਈ ਲਿਆ। ਸਾਰੇ ਮਹੱਲੇ ਨੂੰ ਪਤਾ ਕੋਈ ਆਟੋ ਵਾਲਾ ਮਿਹਨਤ ਕਰਕੇ ਪਲਾਟ ਲੈ ਕੇ ਦੱਸ ਦੇ, ਠੀਕ ਹੈ? ਮੈਂ ਲੋਨ ਤੇ ਲਿਆ, ਕਿਸ਼ਤਾਂ ਦੇ ਰਿਹਾ ਉਹਦੀਆਂ, ਮੈਂ ਆਪਣੇ, ਮੈਂ ਦੇਖੋ ਕਿੱਦਾਂ ਦੇ ਕੱਪੜੇ ਪਾਏ ਦੇ, ਮੇਰੀ ਹਾਲਤ ਦੇਖ ਲਓ ਕਿੱਦਾਂ ਦੇ ਕੱਪੜੇ ਪਾਏ, ਉਹਦੇ ਕੱਪੜੇ ਦੇਖ ਲਓ, ਠੀਕ ਹੈ ਨਾ? ਫਿਰ ਵੀ ਕਹਿੰਦੀ ਮੈਨੂੰ ਖਰਚਾ ਨਹੀਂ ਦਿੰਦਾ। ਭਾਜੀ ਹੋਰ ਕਿੱਦਾਂ ਖਰਚਾ ਦੇਵਾਂ ਭਾਜੀ, ਜਿੰਨੀ ਮਿਹਨਤ ਕਰਦਾ ਮੈਂ ਦਿੰਦਾ, ਮੈਂ ਕਿਹੜਾ ਪੀਡੀਸੀ ਖਰਚਾ ਦਿੰਦੇ ਹੋ ਭਾਜੀ? ਇਹ ਮੈਨੂੰ ਕਹਿੰਦੀ ਹੈ ਮੈਨੂੰ ਤਲਾਕ ਦੇ ਦੇ ਤੇ ਬੱਚੇ ਮੈਂ ਰੱਖਣੇ ਆ, ਠੀਕ ਹੈ ਨਾ? ਤੇ ਬੱਚੇ ਭਾਜੀ ਮੈਨੂੰ ਦੇ ਦੇ, ਇਹਨੇ ਰਹਿਣਾ ਇਹਦੀ ਮਰਜ਼ੀ, ਮੋਸਟ ਵੈਲਕਮ, ਇਹਨੇ ਨਹੀਂ ਰਹਿਣਾ ਇਹਦੀ ਮਰਜ਼ੀ, ਕਿਉਂਕਿ ਮੈਂ ਜ਼ਬਰਦਸਤੀ ਨਹੀਂ ਕਰ ਸਕਦਾ।